ਪਹਿਲਾਂ ਵੀ ਮੈਂ ਕੰਮ ਕਰਦਾ ਹਾਂ ਤੇ ਮੇਰੀ ਕੰਮ ਕਰਦੇ ਕਰਦੇ ਲੱਤ ਟੁੱਟ ਗਈ। ਮੇਰਾ ਪੈਰ ਹੀ ਵੀ ਨਹੀਂ ਥੱਲੇ ਲੱਗਾ, ਲੱਤ ਵੀ ਨਹੀਂ ਥੱਲੇ ਲੱਗੀ ਤੇ ਫਿਰ ਮੈਨੂੰ ਮੰਜੀ 'ਤੇ ਬਹਿਣਾ ਪੈ ਗਿਆ ਵੀ ਮੈਂ ਇਹਨਾਂ ਨੂੰ ਦੇਵਾਂ ਖਾਣ ਨੂੰ ਲਿਆ ਕੇ ਜਾਂ ਇਹਨਾਂ ਨੂੰ ਰਾਸ਼ਨ ਲਿਆ ਕੇ ਦੇਵਾਂ, ਪਰ ਬੜਾ ਮੁਸ਼ਕਲ ਹੋ ਗਿਆ। ਨਹੀਂ ਮੇਰੇ ਕੋਲ ਹੁਣ ਡਿਆ ਕੰਮ। ਚਾਹ ਵੀ ਨਿਰਾ ਕਾਵਾ ਹੁੰਦਾ, 10 ਰੁਪਈਆਂ ਦਾ ਮੈਂ ਦੁੱਧ ਲਿਆਈ ਹਾਂ ਤੇ ਉਹ 'ਚ ਪਾ ਕੇ ਦਿੱਤਾ। ਤੁਹਾਨੂੰ ਪਤਾ 10 ਰੁਪਈਆਂ ਦਾ ਦੁੱਧ ਕਿੰਨਾ ਕੁ ਦੇਣਾ ਹੁੰਦਾ ਨਾ। ਅਤੇ ਜੇ ਕੋਈ ਕਮਾਉਣ ਵਾਲਾ ਹੋਏ ਫਿਰ ਤਾਂ ਚਲੋ ਸਾਡਾ ਵੀ ਮਾੜਾ ਚੰਗਾ ਹੱਥ ਵਟਾਉਣ, ਹੁਣ ਉਹਨਾਂ ਦੇ ਤਾਂ ਆਪ ਪਏ ਆਪ, ਤਾਂ ਉਹਨਾਂ ਸਾਡਾ ਕਿੱਥੋਂ ਹੱਥ ਵਟਾਉਣਾ। ਕਿਉਂਕਿ ਇਹੋ ਤਾਂ ਕਮਾਉਣ ਵਾਲਾ ਉਹ ਵੀ ਘਰ ਬਹਿ ਗਿਆ ਤਾਂ ਫਿਰ ਤੁਹਾਨੂੰ ਪਤਾ ਹੋਣਾ। ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਇੱਕ ਅਜਿਹੀਆਂ ਤਸਵੀਰਾਂ ਦਿਖਾਵਾਂਗੇ ਕਿ ਜੋ ਸਾਨੂੰ ਭਾਵੁਕ ਜ਼ਰੂਰ ਕਰਨਗੀਆਂ ਇੱਕ ਵਾਰੀ, ਕਿਉਂਕਿ ਇਸ ਪਰਿਵਾਰ ਦੇ ਹਾਲਾਤ ਹੀ ਇੰਨੇ ਕੁ ਨਾਜ਼ੁਕ ਨੇ ਕਿ ਜਦੋਂ ਅਸੀਂ ਦੇਖਾਂਗੇ ਖੁਦ ਭਾਵੁਕ ਹੋਵਾਂਗੇ। ਤਸਵੀਰਾਂ ਨੇ ਬਿਆਨ ਕਰਦਾ ਨੇ ਉਹਨਾਂ ਦਾ ਦਰਦ, ਅਜਿਹੀਆਂ ਤਸਵੀਰਾਂ ਨੇ। ਘਰ ਦੇ ਵਿੱਚ ਕਮਾਉਣ ਵਾਲਾ ਮੰਜੇ 'ਤੇ ਪਿਆ ਵਾ 2 ਮਹੀਨੇ ਤੋਂ ਪਹਿਲਾਂ, ਅੱਜ ਤੋਂ 3 ਸਾਲ ਪਹਿਲਾਂ ਲੱਤ ਟੁੱਟਦੀ ਏ ਤਾਂ ਲੱਤ ਦੀ 'ਚ ਪਲੇਟਾਂ ਪਾ ਕੇ ਲੱਤ ਨੂੰ ਠੀਕ ਕਰਦੇ ਨੇ, ਪਰ 3 ਸਾਲ ਬਾਅਦ ਫਿਰ ਉਹੋ ਹੀ ਲੱਤ ਥੋੜ੍ਹਾ ਉੱਪਰੋਂ ਟੁੱਟ ਜਾਂਦੀ ਹੈ ਤਾਂ ਮੰਜੇ ਦੇ ਉੱਤੇ ਪੈ ਜਾਂਦਾ ਵਾ। ਸੋ ਮੈਂ ਤਸਵੀਰਾਂ ਜ਼ਰੂਰ ਆਪਣੇ ਪਿੱਛੇ ਦਿਖਾਊਂਗਾ ਕਿ ਘਰ ਦੇ ਵਿੱਚ ਅੰਦਰ ਅਸੀਂ ਜਾਂਦੇ ਹਾਂ ਤਾਂ ਘਰ ਖਤਮ ਹੋ ਜਾਂਦਾ ਵਾ, ਘਰ ਦੇ ਅੰਦਰ ਵੜਦੇ ਹਾਂ ਘਰ ਖਤਮ ਹੋ ਜਾਂਦਾ ਵਾ। ਸੋ ਬਾਥਰੂਮ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਭੈਣ ਇਸ ਘਰ ਦੇ ਵਿੱਚ ਰਹਿੰਦੀ ਏ ਪਰ ਕਿੱਦਾਂ ਦੇ ਹਾਲਾਤ ਬਣੇ, ਛੱਤ ਨਹੀਂ ਅਤੇ ਜੇਕਰ ਦੀਵਾਰਾਂ ਕੀਤੀਆਂ ਵਾ ਦੀਵਾਰਾਂ ਖੜੀਆਂ ਇੱਟਾਂ ਲਾ ਕੇ ਖੜੀਆਂ ਕਰ ਦਿੱਤੀਆਂ ਵਾ। ਸੋ ਕਿਤੇ ਨਾ ਕਿਤੇ ਹਾਲਾਤ ਪਰਿਵਾਰ ਦੇ ਇੰਨੇ ਕੁ ਨਾਜ਼ੁਕ ਨੇ ਕਿ ਪਤਾ ਨਹੀਂ ਉਹ ਘਰ ਦੀ ਛੱਤ ਆ ਜਿਹੜੀ ਬਾਲਿਆਂ ਵਾਲੀ ਉਹ ਕਦੋਂ ਇਸ ਪਰਿਵਾਰ ਦੇ ਉੱਤੇ ਆ ਜਾਏਗੀ। ਸੋ ਕਿੰਨਾ ਕਿੰਨਾ ਘਾਹ ਉਸ ਘਰ ਦੀ ਛੱਤ ਦੇ ਉੱਤੇ ਜਮ੍ਹਾਂ ਹੋਇਆ ਵਾ, ਕਿਉਂਕਿ ਪੌੜੀ ਨਹੀਂ ਹੈਗੀ, ਕੋਈ ਰਸਤਾ ਨਹੀਂ ਹੈਗਾ ਉੱਪਰ ਜਾਣ ਵਾਸਤੇ। ਉੱਪਰ ਜਾ ਕੇ ਕਰਨਗੇ ਵੀ ਕੀ, ਡਰਦੇ ਉੱਪਰ ਵੀ ਨਹੀਂ ਜਾਂਦੇ, ਜੇਕਰ ਉੱਪਰ ਗਏ ਤਾਂ ਬਾਲਾ ਹੀ ਨਾ ਕੋਈ ਟੁੱਟ ਜੇ। ਸੋ ਤਸਵੀਰਾਂ ਦੇ ਜ਼ਰੀਏ ਜ਼ਰੂਰ ਆਪਣੇ ਦਰਸ਼ਕਾਂ ਨੂੰ ਦਿਖਾਵਾਂਗਾ ਇੱਕ ਵਾਰੀ ਮੈਂ ਛੱਤਾਂ ਦੇ ਹਾਲਾਤ ਕੀ ਬਣੇ ਨੇ। ਹਾਲਾਤ ਇੰਨੇ ਕੁ ਨਾਜ਼ੁਕ ਨੇ ਕਿ ਇਸ ਪਰਿਵਾਰ ਦੇ ਕੋਲ ਜੇਕਰ ਰਾਤ ਨੂੰ ਸੌਂਦੇ ਨੇ ਤਾਂ 2 ਮੰਜੇ ਨੇ ਅਤੇ 2 ਮੰਜਿਆਂ ਦੇ ਉੱਤੇ 8 ਜਣੇ ਸੌਂਦੇ ਨੇ, 5 ਬੱਚੇ ਨੇ, 2 ਆਪ ਨੇ ਅਤੇ 1 ਮਾਂ ਵਾ। ਉਹ ਮਾਤਾ ਬਜ਼ੁਰਗ ਜਿਹੜੀ ਹੈ ਨਾ ਬੱਚਿਆਂ ਦੀ ਦਾਦੀ ਹੈ, ਉਹ ਕੰਮ ਕਰਕੇ ਆਉਂਦੀ ਹੈ ਬਾਹਰੋਂ ਤਾਂ ਜੋ ਆਪਣੇ ਪੋਤਰਿਆਂ ਦਾ ਆਪਣੇ ਪੁੱਤ ਦਾ ਆਪਣੀ ਨੂੰਹ ਦਾ ਪੇਟ ਭਰ ਸਕੇ, ਪਰ ਉਸ ਮਾਤਾ ਨੂੰ ਕੀ ਪਤਾ ਕਿ 70 ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ, 70 ਰੁਪਈਆਂ ਦੇ ਨਾਲ ਪੇਟ ਨਹੀਂ ਭਰਿਆ ਜਾਂਦਾ। ਪਰ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੇ ਨੇ ਜਦੋਂ ਅਜਿਹੇ ਹਾਲਾਤ ਦੇਖਦੇ ਨੇ, ਫਿਰ ਮਜਬੂਰੀ ਦੇ ਕਰਕੇ ਘਰੋਂ ਬਾਹਰ ਜਾਣਾ ਪੈਂਦਾ ਉਸ ਬਜ਼ੁਰਗ ਮਾਤਾ ਨੂੰ ਕਿ ਮੈਂ ਆਪਣੇ ਬੱਚਿਆਂ ਵਾਸਤੇ ਕੋਈ ਨਾ ਕੋਈ ਤਿਲ ਫੁੱਲ ਬਾਹਰੋਂ ਲੈ ਕੇ ਆਵਾਂ ਤਾਂ ਜੋ ਥੋੜ੍ਹਾ ਬਹੁਤਾ ਖਾ ਕੇ ਉਹ ਰਾਤ ਨੂੰ ਸੌਂ ਸਕਣ। ਸੋ ਤਸਵੀਰ ਇੱਕ ਮੈਂ ਸਾਂਝੀ ਕਰੂੰਗਾ ਇੱਕ ਬੱਚੇ ਦੀ, 2 ਸਾਲ ਦਾ ਬੱਚਾ, 1.5-2 ਸਾਲ ਦਾ ਬੱਚਾ ਵਾ ਜਿਹਨੇ ਖਾਲੀ ਬੋਟਲ ਮੂੰਹ ਨੂੰ ਲਾਈ ਹੈ। ਜਦੋਂ ਅਸੀਂ ਆਏ ਮਾਂ ਕੋਲ ਦੁੱਧ ਮੰਗਦਾ ਸੀ, ਮਾਤਾ ਦੁੱਧ ਦੇ ਤਾਂ ਮਾਂ ਨੇ ਉਸ ਟਾਈਮ ਦੁੱਧ ਜ਼ਰੂਰ ਦਿੱਤਾ ਸੀ ਪਰ ਚਾਹ ਦਿੱਤੀ ਸੀ, ਚਾਹ ਵੀ ਖਾਧੀ ਸੀ, ਪਾਣੀ ਦਿੱਤਾ ਸੀ। ਉਸ ਪਾਣੀ ਦੇ ਨਾਲ ਉਹ ਬੱਚੇ ਨੇ ਪੇਟ ਭਰਿਆ ਪਰ ਫਿਰ ਬਿਲਕਦਾ ਪਿਆ ਵਾ ਕਿ ਮੈਨੂੰ ਦੁੱਧ ਦੇ। ਬੱਚਿਆਂ ਨੂੰ ਨਹੀਂ ਪਤਾ ਕਿ ਮਾਂ ਬਾਪ ਨੇ ਕਿੱਥੋਂ ਕਮਾ ਕੇ ਲਿਆਉਣਾ ਜਾਂ ਮਾਂ ਬਾਪ ਨੇ ਕਿੱਦਾਂ ਕਰਨਾ, ਬੱਚੇ ਨਾ ਸਮਝਣੇ, ਉਹਨਾਂ ਨੂੰ ਨਹੀਂ ਪਤਾ। ਵੱਡਾ ਬੇਟਾ ਵਾ ਚਲੋ ਥੋੜ੍ਹਾ ਸਮਝਦਾ ਵਾ, ਉਹਨੂੰ ਪਤਾ ਵਾ ਕਿ ਮੇਰਾ ਬਾਪ ਠੀਕ ਨਹੀਂ ਹੈਗਾ, ਲੱਤ ਟੁੱਟੀ ਹੈ, ਘਰ ਮੰਜੇ 'ਤੇ ਲੰਮੇ ਪਿਆ ਰਹਿੰਦਾ ਸਾਰਾ ਦਿਨ। ਸੋ ਇਸੇ ਦੇ ਨਾਲ ਬਾਪ ਦੇ ਨਾਲ ਲਿਪਟੇ ਰਹਿੰਦੇ ਨੇ ਅਤੇ ਛੋਟਾ ਬੱਚਾ ਮਾਂ ਦੀ ਗੋਦੀ 'ਚ ਬੈਠਾ ਰਹਿੰਦਾ ਵਾ ਅਤੇ ਬਸ ਇੱਕ ਹੀ ਕੰਮ ਕਰਦੇ ਨੇ ਕਿ ਖਾਣ ਲਈ ਸਾਨੂੰ ਇਹ ਚਾਹੀਦਾ ਜਾਂ ਇਹ ਚਾਹੀਦਾ ਵਾ, ਪਰ ਮਜਬੂਰ ਹੋ ਜਾਂਦੇ ਨੇ ਮਾਂ ਬਾਪ ਜਦੋਂ ਉਹਨਾਂ ਦੇ ਘਰ ਦੇ ਹਾਲਾਤ ਅਜੇ ਬਣ ਜਾਂਦੇ। ਸੋ ਗੱਲਬਾਤ ਜ਼ਰੂਰ ਕਰਾਂਗੇ ਵੀਰ ਦੇ ਨਾਲ। ਵੀਰ ਜੀ ਆਪਣਾ ਨਾਮ ਦੱਸ ਦਿਓ ਕੀ? ਗੁਰਜਿੰਦਰ ਸਿੰਘ। ਗੁਰਜਿੰਦਰ ਜੀ ਕਿੱਦਾਂ ਹਾਲਾਤ ਬਣਦੇ ਨੇ ਘਰ ਦੇ ਸਾਰੇ? ਹਾਲਾਤ ਇੱਦਾਂ ਹੀ ਆ ਵੀ ਪਹਿਲਾਂ ਵੀ ਮੈਂ ਕੰਮ ਕਰਦਾ ਹਾਂ ਅਤੇ ਮੇਰੀ ਕੰਮ ਕਰਦਿਆਂ ਕਰਦਿਆਂ ਲੱਤ ਟੁੱਟ ਗਈ ਅਤੇ ਚੁੱਕ ਚੁਕਾ ਕੇ ਮੈਂ ਚਲੋ ਇਲਾਜ ਆਪਣਾ ਕਰਾ ਲਿਆ ਅਤੇ ਬਾਅਦ 'ਚ ਫਿਰ ਮੈਂ ਕੰਮ ਕਰਦਾ ਰਿਹਾ ਥੋੜ੍ਹਾ ਚਿਰ, 2-3 ਸਾਲ ਕੀਤਾ ਕੰਮ, ਫਿਰ ਮੇਰੀ ਉੱਤੋਂ ਲੱਤ ਟੁੱਟ ਗਈ, ਪੱਟ ਲੱਗੋਂ ਆਹ ਸੱਟ ਲੱਗ ਗਈ ਮੇਰੇ ਅਤੇ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ ਆਪਣੀ, ਫਿਰ ਹੀ ਮੈਂ ਕੰਮ ਕਰਦਾ ਰਿਹਾ, ਝੋਨਾ ਲਾਉਂਦਾ ਰਿਹਾ, ਝੋਨਾ ਲਾਉਂਦਿਆਂ ਲਾਉਂਦਿਆਂ ਮੇਰੇ ਪੱਟ 'ਤੇ ਸੋਜ ਬੜੀ ਪੈ ਗਈ,
सोच बड़ी पै गई। तो फिर भी मैं चलो तुरदा फिरदा रहा, फिर भी बाहर अंदर जाता रहा, माड़ा चंगा चलो बाहर अंदर तुर फिर सका भी मैं बह ना जावा कि डरदा रहा। तो एक दिन मैं उठा मनेरे, मेरा पैर ही भी नहीं थले लगा, लत्त भी नहीं थले लगी, तो फिर मैनू मंजी ते बहना पै गया। गुरजिंदर जी कितने देखते नहीं कि परमात्मा ने कि जिहे लेख लिख दिते ने, जेकर मैं ठीक हुंदा मेरी लत्त दूसरी ना टुटदी अज मैं अपने घर का गुजारा जिदा अगे करता पैसे उदा करी जाना सी। हाँ जी मैं तो यो चाहना हाँ भी जिदा मैं बहुत रब गड़ी जो मेरे दर्द होंगी बहुत रब गड़ी दबा करी दी भी मैं ठीक हो जा ते मेरी लत ठीक हो जाए ते मैं अपना हालात जेड़े फिर चलो न्याण लिया के दवा कमा के ते मंगते हैं जदों ते मैनू आप होर तरह होंदा आ भी मैं इन्हां दवा खाण नू लिया के जा इन्हां नू राशन लिया के दवा पर बड़ा मुश्किल हो गया नहीं मेरे को हुण डिया काम। सो वड्डा बच्चा वा चलो थोड़ा बहुत समझदा होवेगा, स्कूल जांदे ने बच्चे? स्कूल जांदा ही ये होना वो भी कदी कताई होना जांदा ये वो भी माता दबके दबके मार दी तो फिर इनू स्कूले घल दी आ नहीं तो घट वध ही जांदा ही। देखो गुरजिंदर जी जदों हालात करदे इदां होण ना बच्चे जेकर नेक होण जां बच्चियां दी बुद्धि सही होवे तां बच्चे भी सही काम सही पासे जांदे ने, क्योंकि उस बच्चे ना समझ आ हजे उन्हूं नहीं पता, जेकर उसनू पता होवे मेरे घर के हालात इदां दे आ स्कूल जावे पढ़ लिख के एक चंगा मुकाम हासिल करे तां जो अपने परिवार नू अगे तोरे परिवार वास्ते कुछ कर सके, पर वह भी बेचारा मजबूर आ ना समझ आ उसनू नहीं पता, पर इहो ही समा हुंदा वा बच्चे का कि सही पासे जा सके। हाँ यो अही तो कहने इनू भी चल पढ़ पुड़ लै भी साढ़े वगू दिहाड़ियाँ ना करता रही भी कि चल नौकरी नौकरी चल मिल जूगी कोई चल कोई कितने काम तेन मिल जूगा कि बहर अंदर जाएगा कि बस ही किसी बाई चांस फड़नी पवे ना तेन पुछना पवे किसी जे पढ़िया होएगा तो कि चलते जो कि जाएगा ना। सो गुरजिंदर जी जो पहला सही सी किन्ने के पैसे बन जाते उदों 500-600 रुपया सिर्फ बन जाता है तो साडा घर का गुजारा वधिया चल जाता है। बिल्कुल जी वधिया चल जाता तो हूँ जो माता काम से निकली बाहर घर तो माता किन्ने के पैसे लेके आती? माता यो वो वह 70 या 80 इतने के लैके आती है वो भी 2-3-4 घंटे लगते आ तो आ जाती है सवेर तो चल जाते हैं तो 3-4 घंटे लाते हैं तो घर आ जाते वो भी। गुरजिंदर 70 रुपये घर का गुजारा करना तो औखा ही है वैसे 60 रुपये किलो के दुध आ तो 5-8 जीओ घर के चलो तुम नहीं बच्चे तो 5 है ना बच्चों तो दुध चाहिए ना 60 रुपये किलो दुध आ जो किलो भी लेंदे तो पाइया भी नहीं आता इन्हों से किल फिर उधार भी लिया पैंता सू दुकान तो उधार तरले तुरले मार के चल लै आती नाल दी ते कोह माता दा लियांदी पैसे तो उहदे नाल थोड़ा बहुत गुजारा कर लईदा आ ते कोह जिहड़े उधार लै आईदा आ वह भी मुड़ के फिर हौली हौली अही कदी 10-50 कटाते कदी 30 कटाए इदा करके हौली हौली। कोई रिश्तेदार अगे आया हो गुरजिंदर वास्ते? रिश्तेदार जीजा है मेरा उन्हें चलो दिते थोड़े पैसे सानू उहदे नाल ही गुजारा कर रहे हैं चलो चलता जाता है तो नहीं तो साढ़े को पैसा तो एक भी नहीं साढ़े को। सो बिल्कुल वीर ने कहा वा कि मेरे जीजा वा जिन्हें थोड़े जे पैसे 2000 रुपया दिता से जिद असी गुजारा तोरिया वा क्योंकि 2 महीने तो इस तरह मंजे तो लम्मे पिया वा पर हालात इन्ने क बत्तर ने कि असी की दसीए तस्वीर के राही असी दिखा रहे हैं दर्शकों को कि तस्वीर के जरिए देख लैन किदा के हालात बने ने बच्चे के मूँह खाली बोतल लाई कदे वह बच्चा उस बोतल नूं खोंदा वा कदे वह बच्चा बोतल नूं खोंदा। भैन दे नाल जरूर गलबात करन दी भी कोशिश करांगे असीं नाल दी नाल। भैन नाम की तेरा नाम दा? राजवीर। भैन बोतलां किन्नियां पहलां दसी दुध वाली? इक्को जे इक्को नाल तिन्नां नूं इदां चाह च पा के दे दी दे ची चाह पा के देनी इक्को इक्को च है नहीं वह भी सवेरे दार लियांदी गवाच गई तो दार लियांदी तो हुण इदां ही गुजारा कर दे इक्को च पा के दे दी दा तिन्नां नूं कदी वह पी लें कदी वह पी लेंदा पहलो
ਦੇਖਿਆ ਨਾ ਇੱਕ ਦੂਸਰੇ ਕੋ ਬੋਟਲ ਖੋਣ ਡੇ ਕਦੀ ਕੋਈ ਖੁੰਦਾ ਕੋਈ ਕਦੀ ਕੋਈ ਖੁੰਦਾ ਇੱਕ ਦੂਸਰੇ ਕੋ ਖੋਈ ਜਾਂਦੇ ਪਏ ਹਾਂਜੀ ਐਦਾਂ ਹੀ ਕਰਦੇ ਸ਼ਵੀਰ ਨੂੰ ਵੀ ਤੇ ਤਾਂ ਵੀ ਐਦਾਂ ਹੀ ਕਰਦੇ ਫਿਰ ਇੱਕ ਜਣੇ ਨੂੰ ਪਾ ਕੇ ਦੇ ਲਈਦੇ ਫਿਰ ਇੱਕ ਜਣਾ ਜਦੋਂ ਪੀ ਲੈਂਦਾ ਫਿਰ ਦੂਰੇ ਨੂੰ ਪਾ ਦੀਦੀ ਚਾਹ ਹੀ ਪਾ ਕੇ ਦੇਈਦੀ ਆ ਹੁਣ ਤੇ ਚਾਹ ਵੀ ਨਿਰਾ ਕਾਵਾ ਹੁੰਦਾ 10 ਰੁਪਈਆਂ ਦਾ ਮੈਂ ਦੁੱਧ ਲਿਆਈ ਹਾਂ ਤੇ ਔਰ ਚ ਪਾ ਕੇ ਦਿੱਤਾ ਤੁਹਾਨੂੰ ਪਤਾ 10 ਰੁਪਈਆਂ ਦਾ ਦੁੱਧ ਕਿੰਨਾ ਕੁ ਦੇਣਾ ਹੁੰਦਾ ਨਾ ਕਿਉਂਕਿ ਭੈਣ ਦਿਨੇ ਦੇ ਵਿਚਾਰੇ ਹੱਸ ਖੇਡ ਕੇ ਟਾਈਮ ਕੱਢ ਲੈਂਦੇ ਆਪਣਾ ਪਰ ਰਾਤ ਨੂੰ ਜਦੋਂ ਉੱਠਦੇ ਹੋਣਗੇ ਜੇ ਭੁੱਖ ਲੱਗ ਜਾਂਦੀ ਫਿਰ ਤੇ ਬਹੁਤ ਤੰਗ ਕਰਦੇ ਹੋਣੇ ਹਾਂਜੀ ਹਾਂਜੀ ਫਿਰ ਇੱਦਾਂ ਹੀ ਬੋਟਲ ਫਰਾ ਫਰੂ ਕੇ ਸਵਾਲ ਦੀਦਾ ਵਿਚਾਰਿਆਂ ਨੂੰ ਭੁੱਖੇ ਢਿਆਏ ਇੱਦਾਂ ਛਾਉਂ ਜਾਂਦੇ ਆ ਮਾਰਾ ਚੰਗਾ ਟਾਈਮ ਕੱਢ ਲਈਦਾ ਸੋ ਪੇਕਿਆਂ ਵਾਲੇ ਪਾਸੋਂ ਕਿੱਦਾਂ ਦਾ ਪਰਿਵਾਰ ਉਹ ਵੀ ਗਰੀਬ ਆ ਵਿਚਾਰੇ ਉਹਨਾਂ ਦੇ ਦੋਵੇਂ ਆਪਾਂ ਦੋਵੇਂ ਭੈਣਾਂ ਹੀ ਆ ਅਤੇ ਵਿਚਾਰੇ ਮਾਰੇ ਹੈਨੀ ਆ ਵੀ ਭਰਾ ਨਹੀਂ ਸਾਡਾ ਹੈਗਾ ਅਤੇ ਮਾਰੇ ਹੀ ਆ ਵਿਚਾਰੇ ਅਤੇ ਇੱਦਾਂ ਫਿਰ ਉਹ ਵੀ ਨਹੀਂ ਕਰ ਸਕਦੇ ਆਦੀ ਕਿ ਕੋਈ ਹੈਲਪ ਉਹਨਾਂ ਨਾਲ ਵੀ ਬੁੱਢਰੇ ਹੈਗੇ ਵਿਚਾਰੇ ਆਪ ਮੇਰੇ ਡੈਡੀ ਦੀ ਆਪ ਮਾਂ ਟੁੱਟ ਗਈ ਸੀ ਅਤੇ ਇੱਦਾਂ ਹੀ ਉਹ ਵੀ ਨਹੀਂ ਬੱਜੀ ਵਿਚਾਰੇ ਦੀ ਅਤੇ ਉਹ ਵੀ ਐਡਾ ਮਾੜਾ ਚੰਗਾ ਟਾਈਮ ਕੱਢ ਰਹੇ ਆ ਆਪਣਾ ਅਤੇ ਜੇ ਕੋਈ ਕਮਾਉਣ ਵਾਲਾ ਹੋਵੇ ਫਿਰ ਤਾਂ ਚਲੋ ਸਾਡਾ ਵੀ ਮਾੜਾ ਚੰਗਾ ਹੱਥ ਵਟਾਉਣ ਹੁਣ ਉਹਨਾਂ ਦੇ ਤਾਂ ਆਪ ਪਏ ਆਪ ਅਤੇ ਉਹਨਾਂ ਸਾਡਾ ਕਿੱਥੋਂ ਹੱਥ ਵਟਾਉਣਾ ਹੈ ਜਦੋਂ ਮੈਂ ਅੰਦਰ ਆਇਆ ਸੀ ਨਾ ਅੰਦਰ ਐਂਟਰ ਕੀਤਾ ਸੀ ਗਲੀ ਦੇ ਵਿੱਚੋਂ ਤਾਂ ਮੈਂ ਦੇਖਿਆ ਨੰਗੇ ਪੈਰੀ ਗਲੀ 'ਚ ਜਵਾਕ ਫਿਰਦੇ ਪਏ ਸੀ ਚੱਪਲਾਂ ਵੀ ਇੰਨੀ ਇਹਨਾਂ ਕੋਲ ਨਹੀਂ ਨਹੀਂ ਚੱਪਲ ਵੀ ਨਹੀਂ ਹੈਗੀ ਹੈ ਮੇਰੇ ਕੋਲ ਖੁਦ ਕੋ ਨਹੀਂ ਹੈਗੀ ਉੱਡਣ ਦੀ ਇੱਦਾਂ ਇਹਦੀ ਪਾ ਕੇ ਤੁਰੇ ਫਿਰੀ ਦਾ ਜਦੋਂ ਕਿਤੇ ਜਾਈਦੇ ਆਈਦਾ ਬਾਹਰ ਅੰਦਰ ਤਾਂ ਵੀ ਇਹਦੀ ਪਾ ਕੇ ਚੱਲ ਜਾਈਦਾ ਭੈਣ ਕੰਮ ਕਰਨ ਨੂੰ ਤਾਂ ਤੂੰ ਵੀ ਕਰ ਸਕਦੀ ਹੈ ਪਰ ਛੋਟੇ ਬੱਚੇ ਨੂੰ ਕੌਣ ਸੰਭਾਲੂਗਾ ਜੇਕਰ ਤੂੰ ਕੰਮ 'ਤੇ ਚੱਲ ਜਾਂਦੀ ਹਾਂਜੀ ਬੱਚੇ ਨਹੀਂ ਨਾ ਮੇਰੇ ਸਵੇਰ ਸੰਭਾਲਦਾ ਤਾਂ ਕਰਕੇ ਬਹੁਤ ਮਾੜੇ ਹਾਲਾਤ ਸਾਡੀ ਕਿੱਦਾਂ ਦੀ ਮਦਦ ਚਾਹੁੰਦੇ ਹੋ ਤੁਸੀਂ ਦਰਸ਼ਕਾਂ ਕੋਲ ਕਿ ਇੱਦਾਂ ਦੀ ਮਦਦ ਸਾਡੀ ਹੋ ਜੇ ਜਿਹਦੇ ਨਾਲ ਸਾਡਾ ਫਿਰ ਤਿਲ ਫੁੱਲ ਆ ਜੇ ਘਰ ਅਤੇ ਗੁਜ਼ਾਰਾ ਚੱਲਣਾ ਸ਼ੁਰੂ ਹੋ ਜੇ ਮੈਂ ਇਹੀ ਚਾਹੁੰਦੀ ਹਾਂ ਕਿ ਇਹਨਾਂ ਦੇ ਇਲਾਜ ਹੋ ਜੇ ਅਤੇ ਚਲੋ ਸਾਡਾ ਮਾੜਾ ਚੰਗਾ ਘਰ ਦਾ ਫੇਰ ਹੋ ਜੇ ਕੋਈ ਸਿਸਟਮ ਚੰਗਾ ਹੋ ਜੇ ਕਿਉਂਕਿ ਇਹੋ ਤਾਂ ਕਮਾਉਣ ਵਾਲਾ ਉਹ ਵੀ ਘਰ ਬਹਿ ਗਿਆ ਤਾਂ ਫਿਰ ਤੁਹਾਨੂੰ ਪਤਾ ਹੁਣ ਕੀ ਕਰ ਸਕਦੇ ਹਾਂ ਆਪ ਭੁੱਖਿਆਂ ਤੇ ਆਇਆਂ ਤਾਂ ਕੱਟ ਲਈਦਾ ਬੱਚਾ ਨਹੀਂ ਕੱਟਦਾ ਬੱਚਾ ਰੋ ਰਾਤ ਕੇ ਵਿਚਾਰਾ ਕੱਟ ਲੈਂਦਾ ਏਡਾ ਰਾਤ ਛਾਉਣ ਜਾਂਦੇ ਜਦੋਂ ਤਾਂ ਚਲੋ ਆਦੀ ਦਾ ਇੱਦਾਂ ਖਾਲੀ ਬੋਟਲ ਮੂੰਹ 'ਚ ਪਾ ਛੱਡਣੀ ਆ ਜਦੋਂ ਉਹ ਰੋਂਦਾ ਉਹਨੂੰ ਫਰਾ ਦਿੰਦੀ ਜੇ ਇਹ ਰੋਂਦੇ ਇਹਨੂੰ ਫਰਾ ਦਿੰਦੀ ਇੱਦਾਂ ਕਰਨੀ ਕਿਤੇ ਨਾ ਕਿਤੇ ਕਰਮਾਂ ਨੂੰ ਵੀ ਕੋਸਦੀ ਹੋਏਗੀ ਕਿ ਰੱਬ ਨੇ ਕਿੱਦਾਂ ਦੇ ਕਰਮ ਲਿਖ ਦਿੱਤੇ ਸਾਡੇ ਗਰੀਬੀ ਤਾਂ ਦਿੱਤੀ ਦਿੱਤੀ ਨਾਲ ਬਿਮਾਰੀ ਵੀ ਦੇ ਦਿੱਤੀ ਹਾਂਜੀ ਇੱਦਾਂ ਕਰਨੇ ਆ ਕਿ ਚੱਲ ਕੇ ਬੰਨੇ ਸੌਖੇ ਹੁੰਦੇ ਤਾਂ ਚਲੋ ਸਾਡਾ ਮਾੜਾ ਚੰਗਾ ਹੋ ਜਾਂਦਾ ਚਲੋ ਮਾੜਾ ਚੰਗਾ ਕਮਾਉਂਦਾ ਸੀ ਆਪਣਾ ਤਾਂ ਕਿਲੋ ਕਿਲੋ ਆਟੇ ਨਾਲ ਗੁਜ਼ਾਰਾ ਤੁਹਾਨੂੰ ਪਤਾ ਆਪਾਂ ਦੋ ਦਿਨ ਕਰਨੇ ਆ ਇਹੋ ਇੱਕ ਅੱਡੀ ਰੋਟੀ ਖਾ ਛੱਡਣੀ ਚੱਲ ਬਹੁਤ ਮੁਸ਼ਕਿਲ ਹੁੰਦੀ ਹੈ ਕਾੜੀ ਆ ਤੇ ਉਹ ਕਿਤੇ ਬਾਲਣ ਬੁੱਲਣ ਕੁਛ ਨਹੀਂ ਇੰਨੇ ਕੁ ਇਹੋ ਦੋ ਤਿੰਨ ਢਿੰਗਰੀਆਂ ਉਹ ਵੀ ਉੱਡਣ ਮੈਂ ਗਈ ਹਾਂ ਬਾਹਰ ਤੇ ਲਿਆਂਦੀਆਂ ਬੱਚੇ ਨੂੰ ਛੱਡ ਕੇ ਤੇ ਉਹੋ ਹੀ ਆ ਬਾਲੀ ਦਾ ਇੱਦਾਂ ਮੀਂਹ ਕਣੀ ਆ ਜਾਂਦਾ ਤੇ ਵਹਿੰਦੇ ਰਹੀਦਾ ਇੱਕ ਪਿੰਡ ਮੈਂ ਸਿਲੰਡਰ ਜ਼ਰੂਰ ਵੇਖਿਆ ਕਿਉਂਕਿ ਕਈ ਵਾਰੀ ਕੀ ਹੁੰਦਾ ਵਾ ਜਦੋਂ ਮਦਦ ਕਰਨ ਕੋਈ ਆਉਂਦਾ ਨਾ ਉਹ ਫਿਰ ਸੋਚਦਾ ਵਾ ਕਿ ਯਾਰ ਸਿਲੰਡਰ ਵੀ ਹੈਗਾ ਇਹਨਾਂ ਦੇ ਘਰ ਨਹੀਂ ਭਾਅ ਜੀ ਹੋਰ ਕਿਹੜਾ ਭਰਿਆ ਵਾ ਭਰਿਆ ਹੋਏ ਤਾਂ ਤਾਂ ਵੀ ਆ ਤੇ ਇੱਦਾਂ ਫਿਰ ਮਾੜਾ ਚੰਗਾ ਟਾਈਮ ਕੱਢ ਲਈਦਾ ਹਾਂਜੀ 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 ਅਤੇ ਫਿਰ ਹਾਂਜੀ ਉਹ ਫਿਰ ਮਾੜਾ ਚੰਗਾ ਇੱਦਾਂ ਟਾਈਮ ਕੱਢੀਦਾ ਅਤੇ ਇਹਦੇ 'ਤੇ ਰੋਟੀ ਪਾਣੀ ਮਾੜਾ ਮੋਟ ਕਰ ਲਈਦਾ ਫਿਰ ਅਤੇ ਭਰਾਇਆ ਤੁਹਾਨੂੰ ਪਤਾ ਉਹ ਵੀ ਨਹੀਂ ਜਾਂਦਾ ਪੈਸੇ ਹੱਥੋਂ ਇਹਦਾ ਇਲਾਜ ਨਹੀਂ ਹੋਣ ਡਿਆ ਅਤੇ ਭਰਾਇਆ ਕਿੱਥੋਂ ਜਾਣਾ ਦੇਖੋ ਸਿਲੰਡਰ ਜ਼ਰੂਰ ਘਰ ਹੈਗਾ ਚੁੱਲ੍ਹਾ ਜ਼ਰੂਰ ਹੈਗਾ ਪਰ ਬੱਚਿਆਂ ਵਾਲਾ ਘਰ ਆ ਜੇਕਰ ਹਨੇਰੇ ਸਵੇਰੇ ਦੁੱਧ ਜਾਂ ਚਾਹ ਮੰਗਦੇ ਨੇ ਫਿਰ ਉਸ ਟਾਈਮ ਅੰਗੀਠੀ ਨਹੀਂ ਬਾਲਦੇ ਉਸ ਸਿਲੰਡਰ ਦੇ ਉੱਤੇ ਹੀ ਜਾਂ ਦੁੱਧ ਜਾਂ ਚਾਹ ਜੋ ਵੀ ਮੰਗਦੇ ਨੇ ਉਸ ਚੁੱਲ੍ਹੇ 'ਤੇ ਬਣਾ ਕੇ ਉਹਨਾਂ ਬੱਚਿਆਂ ਨੂੰ ਦਿੰਦੇ ਨੇ ਪਰ ਕਿਤੇ ਨਾ ਕਿਤੇ ਮੁਸ਼ਕਲਾਂ ਜ਼ਰੂਰ ਇਸ ਪਰਿਵਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਸੋ ਨੰਬਰ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਨਾਲ ਦੀ ਨਾਲ ਸਕਰੀਨ 'ਤੇ ਵੀ ਜ਼ਰੂਰ ਫਲੈਸ਼ ਕਰਾਂਗੇ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਜੀ ਨੰਬਰ ਦਿਓ ਆਪਣਾ ਕਿੰਨਾ ਜੇ ਕਿੱਥੇ ਲਿਖਿਆ ਭਲਾ ਕੱਢ ਕੇ ਦਿਓ ਸੋ ਪਰਿਵਾਰ ਦਾ ਨੰਬਰ ਆ 82888-61887 8288-61887 ਸੋ ਪਰਿਵਾਰ ਦਾ ਨੰਬਰ ਆ ਗੁਰਜਿੰਦਰ ਸਿੰਘ ਦਾ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਜੋ ਇਸ ਪਰਿਵਾਰ ਦਾ ਭਲਾ ਹੋ ਸਕੇ ਇਸ ਪਰਿਵਾਰ ਨੂੰ ਕੋਈ ਨਾ ਕੋਈ ਦਾਨੀ ਸੱਜਣ ਇਸ ਦੁਰਲਭ ਭਰੀ ਜ਼ਿੰਦਗੀ 'ਚੋਂ ਬਾਹਰ ਕੱਢ ਸਕਣ ਤਾਂ ਜੋ ਇਹਨਾਂ ਬੱਚਿਆਂ ਦਾ ਵੀ ਕੋਈ ਨਾ ਕੋਈ ਬਣ ਸਕੇ ਕੋਈ ਫਿਊਚਰ ਬਣ ਸਕੇ ਜਾਂ ਇਹਨਾਂ ਦਾ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਸਹੀ ਤਰੀਕੇ ਨਾਲ ਜੀ ਸਕਣ ਸੋ ਕੈਮਰਾਮੈਨ ਬੰਟੀ ਦੇ ਨਾਲ ਜਤਿੰਦਰ ਕੁੰਡਲ ਸਾਂਝਾ ਟੀਵੀ ਗੁਰਦਾਸਪੁਰ